ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਹਰਜੋ ਸਿੰਘ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈੱਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 21 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਸੋ ਸ਼ਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨ ਰੀਨਿਊਅਲਸ ਦਾ ਸਮਾਂ ਚੱਲ ਰਿਹਾ, ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਸਟਿਮੂਲਸ ਪੈਕੇਜ ਨੂੰ ਲੈ ਕੇ, ਅਤੇ ਉਹ ਕਾਂਗਰਸ ਦੇ ਵਿੱਚ ਪਾਸ ਹੋ ਗਿਆ ਆ। ਅਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ 4-5 ਵਾਰ ਦੱਸਿਆ ਸੀ ਵੀ ਜਿਹੜਾ ਪਰ ਪਰਸਨ $600 ਮਿਲਣਾ ਹੈਗਾ ਆ, ਜੇ ਤੁਹਾਡੀ ਇਨਕਮ 75,000 ਤੋਂ ਥੱਲੇ ਆ, ਦੋ ਜਣਿਆਂ ਦੀ 1.5 ਲੱਖ ਤੋਂ ਥੱਲੇ ਆ, ਅਤੇ ਫਿਰ 1200, ਜੇ 4 ਫੈਮਿਲੀ ਮੈਂਬਰ ਆ ਅਤੇ ਉਹ 2400 ਹੋਣਾ। ਸੋ ਬੰਦੇ ਨੂੰ, ਬੀਬੀ ਨੂੰ ਵੀ ਅਤੇ ਬੱਚੇ ਨੂੰ ਵੀ ਸੇਮ ਅਮਾਊਂਟ ਜਿਹੜਾ ਰੱਖਿਆ ਗਿਆ ਆ, $600। ਪਿਛਲੀ ਵਾਰੀ ਇਹ ਜਿਹੜਾ ਵੱਧ ਘੱਟ ਸੀਗਾ। ਸੋ ਇਹਦੇ ਵਿੱਚ ਆਟੋਮੈਟਿਕਲੀ ਤੁਹਾਨੂੰ ਜਿੱਦਾਂ ਪਿਛਲੀ ਵਾਰੀ ਪੈਸੇ ਮਿਲੇ ਸੀ, ਉੱਦਾਂ ਹੀ ਜਿਹੜੇ ਇਹ ਮਿਲ ਜਾਣੇ ਹੈਗੇ ਆ। ਸੋ ਘਾਬਣ ਵਾਲੀ ਗੱਲ ਨਹੀਂ, ਉਹਨਾਂ ਨੇ ਜਿਹੜੇ ਸਟੀਵਨ ਮਨੂਚਿਨ ਹੈਗੇ ਆ ਟ੍ਰੇਜਰੀ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ ਅਗਲੇ ਹਫ਼ਤੇ ਤੱਕ ਲੋਕਾਂ ਨੂੰ ਜਿਹੜੇ ਆ ਉਹ ਪੇਮੈਂਟ ਮਿਲਣੀਆਂ ਸ਼ੁਰੂ ਹੋ ਜਾਊਗੀਆਂ। ਕਹਿੰਦੇ ਵੀ IRS ਨੂੰ ਹੁਣ ਪਤਾ ਲੱਗ ਗਿਆ, ਕਿਉਂਕਿ ਪਿਛਲੀ ਵਾਰੀ ਬਹੁਤ ਪ੍ਰੋਬਲਮ ਆਈ ਸੀ, ਪਰ ਹੁਣ ਉਹ ਕਿਉਂਕਿ ਸਾਰੇ ਲੋਕਾਂ ਨੂੰ ਇੰਨੀ ਵੱਡੀ ਗਿਣਤੀ 'ਚ ਪੈਸੇ ਗਏ ਸੀ, ਸੋ ਹੁਣ ਉਹਨਾਂ ਕੋਲ ਸਾਰਾ ਰੈਕਰਡ ਆ, ਅਤੇ ਹੁਣ ਦੁਬਾਰਾ ਕੀ ਜਿਹੜਾ ਭੇਜਣਾ ਉਹਨਾਂ ਨੇ ਉਹ ਇੰਨਾ ਹਾਰਡ ਨਹੀਂ ਹੋਊਗਾ। ਜੀ, ਪਿਛਲੇ ਜੀ ਵੀ ਰਹਿ ਗਏ ਸੀਗੇ। ਸੋ ਇਸ ਵਾਰ ਵੀ ਕਈ ਚੀਜ਼ਾਂ ਦੇ ਵਿੱਚ ਦੇਰੀਆਂ ਜਿਹੜੀਆਂ ਉਹ ਹੋ ਸਕਦੀਆਂ ਆ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਮੂਮਨ ਜਿਹੜੀਆਂ ਉਹ ਹੁੰਦੀਆਂ ਆ, ਪਰ ਇਸ ਚੀਜ਼ ਦਾ ਜਿਹੜਾ ਰਾਈਟ ਨਾਓ ਕ੍ਰਿਟੀਸਿਜ਼ਮ ਇਸ ਕਰਕੇ ਜਿਹੜਾ ਕਾਂਗਰਸ ਦਾ ਹੋ ਰਿਹਾ ਵੀ ਇਹ ਇਹਨਾਂ ਨੇ ਬਹੁਤ ਜ਼ਿਆਦਾ ਸਮਾਂ ਜਿਹੜਾ ਆ ਉਹ ਲਾ ਦਿੱਤਾ। 32 ਹਫ਼ਤੇ ਜਿਹੜੇ ਆ ਦੂਜਾ ਸਟਿਮੂਲਸ ਪੈਕੇਜ ਦੀਆਂ ਲੋਕਾਂ ਨੂੰ ਮਦਦ ਘੱਲਣ ਦੇ ਲਈ ਜਿਹੜੇ ਆ ਇਹਨਾਂ ਨੇ ਜਿਹੜੇ ਉਹ ਲਗਾਏ ਨੇ। ਸੋ ਇਸ ਕਰਕੇ ਕਾਫ਼ੀ ਜਿਹੜੀ ਆ ਇਹਨਾਂ ਨੂੰ ਕ੍ਰਿਟੀਸਿਜ਼ਮ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਉੱਧਰ COVID-19 ਦੇ ਚੱਲਦਿਆਂ ਜਿਹੜੇ ਪ੍ਰੈਜੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਨੇ ਅੱਜ ਨੈਸ਼ਨਲ TV ਦੇ ਉੱਤੇ ਵੈਕਸੀਨ ਜਿਹੜੀ ਉਹ ਲਵਾਈ ਆ। ਪਿਛਲੇ ਵੀਕ ਜਿਹੜੇ ਆ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੇ ਜਿਹੜੀ TV ਦੇ ਸਾਹਮਣੇ ਇਹ ਵੈਕਸੀਨ ਜਿਹੜੀ ਲਵਾਈ ਸੀ। ਇਹ ਵੈਕਸੀਨ ਲਵਾਉਣ ਦਾ ਮਕਸਦ ਇਹੀ ਆ ਵੀ ਲੋਕਾਂ ਦੇ ਵਿੱਚ ਵੈਕਸੀਨ ਦੇ ਪ੍ਰਤੀ ਜਿਹੜਾ ਭਰੋਸਾ ਆ ਹੋਰ ਜ਼ਿਆਦਾ ਜਿਹੜਾ ਉਹ ਵੱਧ ਸਕੇ। ਅਤੇ ਜਿਹੜੀ ਇਲਹਾਨ ਉਮਰ ਹੈਗੀ ਆ ਕਾਂਗਰਸ ਵੂਮਨ, ਉਸਨੇ ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ। ਕਹਿੰਦੀ ਵੀ ਅਸੀਂ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ, ਫਸਟ ਲਾਈਨ ਦੇ ਵਿੱਚ ਫਰੰਟ ਲਾਈਨ ਉਹਨਾਂ ਦੇ ਨਾਲੋਂ, ਬਾਕੀ ਉੱਦਾਂ ਕਾਂਗਰਸ ਪਰਸਨ ਜਿੰਨੇ ਵੀ ਹੈਗੇ ਆ ਕਾਂਗਰਸਮੈਨ ਜਾਂ ਕਾਂਗਰਸਵੂਮਨ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਵੈਕਸੀਨ ਆ ਉਹ ਲੱਗ ਰਹੀ ਆ। ਅਤੇ ਦੂਸਰੇ ਪਾਸੇ ਅੱਜ ਵੈਟੀਕਨ ਨੇ ਵੀ ਜਿਹੜਾ COVID-19 ਦਾ ਵੈਕਸੀਨ ਆ ਉਸ ਨੂੰ ਓਕੇ ਕਰ ਦਿੱਤਾ ਆ, ਈਵਨ ਦੋ ਇਹਦੀ ਜਿਹੜੀ ਰਿਸਰਚ ਆ ਉਹਦੇ ਵਿੱਚ ਫੀਟਲ ਟਿਸ਼ੂ ਜਿਹੜੇ ਆ ਉਹ ਇਨਵੋਲਵ ਸੀ। ਸੋ ਆਪਾਂ ਨੂੰ ਪਤਾ ਹੀ ਆ ਵੀ ਉਹ ਜਿਹੜਾ ਆ ਆਪਣੇ ਵੈਟੀਕਨ ਆ ਉਹ ਅਬੋਰਸ਼ਨ ਦੇ ਅਗੇਂਸਟ ਹੈਗੇ ਆ, ਸੋ ਇਹ ਵੱਡਾ ਇਸ਼ੂ ਬਣ ਸਕਦਾ ਸੀ, ਪਰ ਵੈਟੀਕਨ ਨੇ ਅੱਜ ਅਨਾਊਂਸ ਕਰ ਦਿੱਤਾ ਵੀ ਨਹੀਂ, ਅਸੀਂ ਇਸ ਹੱਕ ਦੇ ਵਿੱਚ ਹੈਗੇ ਹਾਂ ਜੀ। ਜੀ, ਸੋ ਰਾਈਟ ਨਾਓ ਆਈ ਡੋਂਟ ਥਿੰਕ ਵੀ ਲੋਕ ਇੰਨਾ ਜਿਹੜਾ ਡੂੰਘਾਈ ਦੇ ਵਿੱਚ ਜਿਹੜਾ ਉਹ ਦੇਖ ਰਹੇ ਆ। ਸਾਰੇ ਜਣੇ ਜਿਹੜਾ ਉਹ ਇਹ ਸੋਚ ਰਹੇ ਵੀ ਬਸ ਸਾਰਾ ਕੁਛ ਜਿਹੜਾ ਉਹ ਠੀਕ ਹੋਵੇ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ ਉਹ ਇੱਕ ਵਾਰੀ ਫਿਰ ਕੁਆਰੰਟੀਨ 'ਚ ਉਹਨਾਂ ਨੂੰ ਜਾਣਾ ਪਿਆ। ਕਹਿੰਦੇ ਵੀ ਉਹਨਾਂ ਦੇ ਇੱਕ ਜਿਹੜਾ ਸਟਾਫਰ ਆ ਉਹ ਕੋਵਿਡ ਪੋਜ਼ਿਟਿਵ ਜਿਹੜਾ ਉਹ ਪਾਇਆ ਗਿਆ ਸੀ। ਉਸ ਨੂੰ ਐਕਸਪੋਜ਼ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਨਿਊਸਮ ਆ ਉਹਨਾਂ ਨੂੰ ਹੁਣ ਜਿਹੜਾ ਕੁਆਰੰਟੀਨ ਆ ਉਹ ਕਰਨਾ ਪੈ ਰਿਹਾ ਹੈਗਾ ਆ। ਨਿਊਸਮ ਦੇ ਨੂੰ ਜਿਹੜੇ ਇੱਕ ਰੈਸਟੋਰੈਂਟ ਓਨਰ ਹੈਗੇ ਆ ਕੈਲੀਫੋਰਨੀਆ ਤੋਂ, ਉਹਨਾਂ ਨੇ ਕਰੋਨਾ ਵਾਇਰਸ ਸ਼ਟ ਡਾਊਨ ਦੇ ਕਰਕੇ ਜਿਹੜਾ ਆ ਉਸ ਦੇ ਖਿਲਾਫ ਲਾਸੂਟ ਵੀ ਜਿਹੜਾ ਫਾਈਲ ਕੀਤਾ ਹੈਗਾ ਆ। ਇਹ ਕਾਫ਼ੀ ਵਾਰੀ ਜਿਹੜਾ ਇੱਦਾਂ ਵੀ ਦੇਖਿਆ ਗਿਆ ਆ। ਓਰੇਗਨ ਦੇ ਵਿੱਚ ਆਪਣੇ ਗੁਆਂਢੀ ਸੂਬੇ ਦੇ ਵਿੱਚ
ਉੱਥੇ ਅੱਜ ਕੁਛ ਲੋਕ ਜਿਹੜੇ ਆ ਉਹ ਉਹਨਾਂ ਨੇ ਪ੍ਰਦਰਸ਼ਨ ਵੀ ਜਿਹੜਾ ਕੀਤਾ ਤੇ ਉੱਥੋਂ ਦੇ ਗਵਰਨਰ ਜਿਹੜੀ ਹੈ ਕੇਟ ਬ੍ਰਾਊਨ ਆ ਜਿਹਨਾਂ ਦਾ ਨਾਮ ਆ ਉਹਨਾਂ ਦੇ ਅਸਤੀਫੇ ਦੀ ਜਿਹੜੀ ਉਹ ਮੰਗ ਕੀਤੀ ਵੀ ਜਿਹੜੀਆਂ ਕੋਵਿਡ ਦੇ ਕਰਕੇ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਲਾਈਆਂ ਹੋਈਆਂ ਉਸ ਨੂੰ ਉਹ ਹਟਾਉਣਾ ਚਾਹੁੰਦੇ ਸੀ। ਇਹ ਵੀ ਦੱਸਿਆ ਗਿਆ ਆ ਵੀ ਜਿਹੜਾ ਕੈਪੀਟਲ ਬਿਲਡਿੰਗ ਦੇ ਬਾਹਰ ਕੁਛ ਲੋਕ ਹਥਿਆਰਬੰਦ ਹੋ ਕੇ ਜਿਹੜਾ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਸੀ, ਜਿਸ ਕਰਕੇ ਕਹਿੰਦੇ ਵੀ ਉੱਥੇ ਦੀ ਜਿਹੜੀ ਪੁਲਿਸ ਆ ਉਹ ਰਾਇਟ ਗੇਅਰ ਦੇ ਵਿੱਚ ਵੀ ਦੇਖੀ ਗਈ ਸੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ। ਕਹਿੰਦੇ ਵੀ ਫ੍ਰਿਜ਼ਨੋ ਕਾਉਂਟੀ ਨੰਬਰ 1 ਰੈਂਕ ਹੋਈ ਆ US ਮੈਟਰੋ ਏਰੀਆ 'ਚ ਫੋਰ COVID-19 ਸਪਰੈਡ ਦੇ ਵਿੱਚ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਹਾਈਐਸਟ ਜਿਹੜੀ ਜੇ ਮੈਟਰੋ ਏਰੀਆ ਦੇਖਿਆ ਜਾਵੇ ਜਿਹਦੀ ਪਾਪੂਲੇਸ਼ਨ 50,000 ਤੋਂ ਵੱਧ ਹੈਗੀ ਆ, ਅਤੇ ਫ੍ਰਿਜ਼ਨੋ ਨੰਬਰ 1 'ਤੇ ਆ ਰਿਹਾ। ਪਿਛਲੇ ਹਫ਼ਤੇ ਫ੍ਰਿਜ਼ਨੋ ਦੇ ਵਿੱਚ 3,188 ਜਿਹੜੇ ਆ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਕੇਸ ਸੀ, ਜਿਹੜੇ ਕਿ ਫਿਰ ਇਨਕਰੀਜ਼ ਹੋ ਕੇ 11,672 ਹੋ ਗਏ। ਸੋ ਇਹ ਇਨਕਰੀਜ਼ ਹੈਗਾ, ਕਹਿੰਦੇ ਵੀ 849 ਕੇਸ ਪਰ 100,000 ਦੇ। ਸੋ ਪਰ ਜਿਹੜੇ ਡਾਕਟਰਸ ਆ ਉਹ ਕਹਿ ਰਹੇ ਆ ਵੀ ਕੇਅਰਫੁਲ ਰਹਿਣਾ ਆ। ਜਿਹੜਾ ਕਰੋਨਾ ਵਾਇਰਸ ਦੀ ਜਿਹੜਾ ਅਸਰ ਸੀ ਉਹ ਹੁਣ ਪਹਿਲਾਂ ਨਾਲੋਂ ਜਿਹੜਾ ਕਾਫੀ ਘੱਟ ਗਿਆ ਹੈਗਾ ਆ, ਜਿੰਨਾ ਲੀਥਲ ਸੀਗਾ। ਪਰ ਫਿਰ ਵੀ ਜਿਹੜੀ ਆ ਪ੍ਰੀਕੋਸ਼ਨ ਜਿਹੜੀਆਂ ਆ ਉਹ ਸਾਰੀਆਂ ਰੱਖਣੀਆਂ ਚਾਹੀਦੀਆਂ। ਜੀ ਜੀ ਬਿਲਕੁਲ। ਸੋ ਸਥਿਤੀ ਜਿਹੜੀ ਉਹ ਇਸੇ ਤਰੀਕੇ ਦੀ ਹੀ ਜਿਹੜੀ ਆ ਰਾਈਟ ਨਾਓ ਚੱਲ ਰਹੀ ਹੈਗੀ ਆ। ਵੱਧ ਤੋਂ ਵੱਧ ਪ੍ਰਿਕੋਸ਼ਨ ਜਿਹੜੇ ਆ ਉਹ ਤੁਸੀਂ ਲਓ, ਤੇ ਖਾਸ ਕਰਕੇ ਜਦੋਂ ਵੀ ਕਿਤੇ ਤੁਸੀਂ ਬਾਹਰ ਕਿਸੇ ਵੀ ਅਣਜਾਣ ਲੋਕਾਂ ਨੂੰ ਤੁਸੀਂ ਮਿਲਦੇ ਆ, ਉਹਨਾਂ ਦੇ ਨਾਲ ਜਦੋਂ ਵੀ ਤੁਸੀਂ ਮਿਲਣਾ ਹੈ, ਜੇ ਮਿਲਣਾ ਜ਼ਰੂਰੀ ਹੋਈ ਆ, ਮਾਸਕ ਪਹਿਨ ਕੇ ਤੇ 6 ਫੁੱਟ ਦੀ ਜਿਹੜੀ ਦੂਰੀ ਬਣਾ ਕੇ ਜਿਹੜੀ ਆ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ। ਇਹ ਚੀਜ਼ਾਂ ਕਰਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਜਿਹੜਾ ਉਹ ਬਚਾ ਸਕਦੇ ਆ। ਬੰਦਾ ਖੁਦ ਤਾਂ ਜਿਹੜਾ ਕਰਦਾ, ਕਈ ਵਾਰੀ ਜਿਹੜੇ ਦੂਜੇ ਲੋਕਾਂ ਨੂੰ ਤੁਸੀਂ ਮਿਲਦੇ ਹੋ, ਉਹ ਜੇ ਉਹ ਨਾ ਕਰੇ ਤਾਂ ਫਿਰ ਪ੍ਰੋਬਲਮ ਆ, ਪਰ ਤੁਸੀਂ ਆਪਣੇ ਵੱਲੋਂ ਇਹ ਜਿਹੜੀ ਕੋਸ਼ਿਸ਼ ਆ ਉਸ ਨੂੰ ਹਮੇਸ਼ਾ ਕਰਦੇ ਹੀ ਜਿਹੜੇ ਉਹ ਰਹਿਣਾ ਹੈ ਤਾਂ ਜੋ ਪ੍ਰੋਬਲਮ ਆ ਉਹ ਨਾ ਆਵੇ। ਦੇਖੋ ਬਹੁਤੇ ਲੋਕ ਜਿਹੜੇ ਕੋਵਿਡ ਪੋਜ਼ਿਟਿਵ ਹੁੰਦੇ ਆ ਉਹ ਠੀਕ ਰਹਿੰਦੇ ਨੇ, ਉਹ ਠੀਕ ਜਲਦੀ ਹੋ ਜਾਂਦੇ ਨੇ, ਪਰ ਸਮੱਸਿਆ ਉੱਥੇ ਆਉਂਦੀ ਹੈ ਜਿਨ੍ਹਾਂ ਨੂੰ ਕੋਈ ਅੰਡਰਲਾਈਂਗ ਜਿਹੜੇ ਹੈਲਥ ਇਫੈਕਟਸ ਆ ਉਹ ਹੋਣ, ਤੇ ਜਾਂ ਫਿਰ ਜੇ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਹੋਰ ਬਿਮਾਰੀ ਕਰਕੇ ਜੇ ਹਸਪਤਾਲ ਦੇ ਵਿੱਚ ਜਾਣਾ ਪਵੇ, ਕਿਉਂਕਿ ICU ਜਿਹੜੇ ਉਹ ਅਵੇਲੇਬਲ ਨਹੀਂ ਹੈਗੇ, ਤੇ ਬਾਕੀ ਲੋਕ ਵੀ ਇਸ ਦੇ ਕਰਕੇ ਇਹ ਪੂਰਾ ਜਿਹੜਾ ਭਾਰ ਆ ਹੈਲਥ ਕੇਅਰ ਵਰਕਰਸ ਦੇ ਉੱਤੇ ਤੇ ਹਸਪਤਾਲਾਂ ਦੇ ਉੱਤੇ ਪੈਣ ਕਰਕੇ ਉਹ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ। ਜੀ ਰਾਈਨੋ ਜਿਹੜੀ ਕੈਲੀਫੋਰਨੀਆ ਸਟੇਟ ਆ ਉੱਥੇ ਸਟੇ ਐਟ ਹੋਮ ਆਰਡਰ ਜਿਹੜਾ ਲਾਗੂ ਹੋਇਆ ਆ, ਇਹ January 4 ਤੱਕ ਹੈਗਾ ਆ। ਸਟੇਟ ਦੇ ਕੋਲ 1.9 ਮਿਲੀਅਨ COVID-19 ਦੇ ਕੇਸਿਸ ਹੈਗੇ ਆ। ਸੋਮਵਾਰ ਨੂੰ 37,892 ਜਿਹੜੇ ਇਹ ਨਵੇਂ ਕੇਸ ਆਏ ਸੀ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਐਕਚੁਅਲੀ January 4 ਨਹੀਂ, December 30 ਜਿਹੜੀ ਡੇਟ ਰੱਖੀ ਸੀ ਉਹਦਾ ਐਕਸਪਾਇਰ ਹੋਣਾ ਸੀ, ਪਰ ਹੁਣ ਹੈਲਥ ਅਤੇ ਹਿਊਮਨ ਸਰਵਿਸ ਦੇ ਸੈਕਟਰੀ ਡਾਕਟਰ ਮਾਰਕ ਗੈਲੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਹੋ ਸਕਦਾ ਅਸੀਂ ਇਹਨੂੰ ਐਕਸਟੈਂਡ ਕਰਨ ਜਾ ਰਹੇ ਹੈਗੇ ਆ ਸਟੇ ਐਟ ਹੋਮ ਆਰਡਰ ਨੂੰ, ਕਿਉਂਕਿ ਪ੍ਰੋਬਲਮ ਕੀ ਆ ਵੀ ਸਨਮਕੀਨ ਵੈਲੀ ਦੇ ਅਤੇ ਜਿਹੜਾ ਸਦਰਨ ਕੈਲੀਫੋਰਨੀਆ ਆ ਉੱਥੇ ਇੰਟੈਂਸਿਵ ਕੇਅਰ ਯੂਨਿਟ ਦੀ ਜਿਹੜੀ ਕਪੈਸਿਟੀ ਆ ਬੜੀ ਘੱਟ ਹੈਗੀ, 0% ਦੇ ਕਰੀਬ ਆ। ਕੈਲੀਫੋਰਨੀਆ ਦੀ ਓਵਰਆਲ ਜਿਹੜੀ ਆ 28.7% ਆ, ਬੇ ਏਰੀਏ 13.7% ਆ, ਸੈਕਰਾਮੈਂਟੋ 16.2% ਦੇ ਕਰੀਬ ਹੈਗੀ ਆ। ਸੋ ਇਹ ਸਿਚੁਏਸ਼ਨ ਜਿਹੜੀ ਕੈਲੀਫੋਰਨੀਆ ਦੀ ਰਾਈਟ ਨਾਓ ਹੈਗੀ ਆ। ਜੀ ਬ੍ਰਿਟੇਨ ਦੇ ਵਿੱਚ ਇੱਕ ਨਵਾਂ ਸਟ੍ਰੇਨ COVID-19 ਆ, ਉਸਦੇ ਕਰਕੇ ਪੂਰੀ ਇਸ ਟਾਈਮ ਭੱਜ ਦੌੜ ਤੇ ਤੜਥੱਲੀ ਜਿਹੜੀ ਉਹ ਮਚੀ ਹੋਈ ਆ। ਬ੍ਰਿਟੇਨ ਦੇ ਨਾਲੋਂ ਬਹੁਤ ਸਾਰੇ ਮੁਲਕਾਂ ਨੇ ਆਲਰੇਡੀ ਟਰੈਵਲਿੰਗ ਜਿਹੜੀ ਆ ਉਹ ਬੰਦ ਕਰ ਦਿੱਤੀ ਆ। ਇੱਥੇ ਵਾਸ਼ਿੰਗਟਨ ਸਟੇਟ ਦੇ ਗਵਰਨਰ ਜੇ ਇਨਸਲੀ ਉਹਨਾਂ ਨੇ ਵੀ ਬ੍ਰਿਟੇਨ ਤੇ ਸਾਊਥ ਅਫਰੀਕਾ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ ਜਿਹੜੀ ਉਹ ਰੋਕ ਲਗਾ ਦਿੱਤੀ ਹੈਗੀ ਆ। ਸੋ ਵਾਸ਼ਿੰਗਟਨ ਉਹ ਸੂਬਾ ਸੀਗਾ ਜਦੋਂ COVID-19 ਦੀ ਸ਼ੁਰੂਆਤ ਹੋਈ, ਤਾਂ ਅਮਰੀਕਾ ਵਿੱਚ ਪਹਿਲੇ ਜਿਹੜੇ ਕੇਸ ਆ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਆਏ ਸੀਗੇ। ਸੋ ਹੁਣ ਇਸ ਤਰੀਕੇ ਦੇ ਨਾਲ ਇਹ ਜਿਹੜਾ ਉਹ ਦੇਖਿਆ ਗਿਆ। ਸੋ ਕਹਿੰਦੇ ਵੀ ਇਸ ਪ੍ਰੋਕਲੇਮੇਸ਼ਨ ਦੇ ਤਹਿਤ ਜਿਹੜੇ ਵੀ ਟਰੈਵਲਰਸ ਇਹਨਾਂ ਦੋਨਾਂ ਮੁਲਕਾਂ ਤੋਂ ਆ ਰਹੇ ਆ ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਜਿਹੜਾ ਉਹ ਪਵੇਗਾ। ਕਹਿੰਦੇ ਵੀ ਇਹਨਾਂ 'ਚ ਉਹ ਵੀ ਲੋਕ ਨੇ ਜਿਹੜੇ ਪਿਛਲੇ ਥੋੜੇ ਦਿਨਾਂ ਦੇ ਵਿੱਚ ਹੀ ਇਹਨਾਂ ਮੁਲਕਾਂ ਤੋਂ
ਹੋ ਕੇ ਆਏ ਨੇ ਤੇ ਕਹਿੰਦੇ ਵੀ ਅਸੀਂ ਟਰਾਈ ਕਰਾਂਗੇ ਵੀ ਇਹ ਸਾਰੇ ਜਣੇ ਵਾਇਰਸ ਦੇ ਲਈ ਜਿਹੜੇ ਉਹ ਟੈਸਟ ਜਿਹੜੇ ਉਹ ਕਰਾਉਣ। ਕਹਿੰਦੇ ਵੀ ਇਹ ਜਿਹੜਾ ਅੱਜ ਦਾ ਐਕਸ਼ਨ ਲਿਆ ਗਿਆ ਹੈ ਇਹ ਪਬਲਿਕ ਹੈਲਥ ਮੈਜਰ ਨੂੰ ਲੈ ਕੇ ਕਾਮਨ ਸੈਂਸ ਦੇ ਤੌਰ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਤਾਂ ਜੋ ਵਾਸ਼ਿੰਗਟਨ ਦੇ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਮਾਰਚ ਤੋਂ ਲੈ ਕੇ ਹੁਣ ਤੱਕ ਉੱਥੇ 2,22,000 ਤੋਂ ਵੱਧ ਕੇਸ ਜਿਹੜੇ ਆ ਉਹ ਆਏ ਨੇ ਤੇ 3,000 ਤੋਂ ਵੱਧ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। 40 ਕੰਟਰੀਜ਼ ਨੇ ਆਲਰੇਡੀ ਹਰਜੋਤ ਸਿੰਘ ਜੀ ਬ੍ਰਿਟੇਨ ਤੋਂ ਆ ਰਹੇ ਟਰੈਵਲਰਸ ਦੇ ਉੱਤੇ ਜਿਹੜੀ ਆ ਉਹ ਰੋਕ ਲਗਾ ਦਿੱਤੀ ਆ, ਜਿਨ੍ਹਾਂ 'ਚ ਬੈਲਜੀਅਮ, ਫਰਾਂਸ, ਜਰਮਨੀ ਵੀ ਜਿਹੜੇ ਆ ਉਹ ਸ਼ਾਮਿਲ ਨੇ। ਕੈਨੇਡਾ, ਰਸ਼ੀਆ, ਜਾਰਡਨ ਨੇ ਇੱਥੋਂ ਆ ਰਹੇ ਲੋਕਾਂ ਦੇ ਉੱਤੇ ਹੋਰ ਰਿਸਟ੍ਰਿਕਸ਼ਨ ਜਿਹੜੀਆਂ ਉਹ ਵਧਾ ਦਿੱਤੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਉਸ ਨਵੇਂ ਵਾਇਰਸ ਸਟ੍ਰੇਨ ਦਾ ਰੌਲਾ ਜਿਹੜਾ ਉਹ ਚੱਲ ਰਿਹਾ ਆ, ਇਹ ਵੀ ਹੋ ਸਕਦਾ ਵੀ ਪਹਿਲਾਂ ਜਿੱਦਾਂ ਕੁਛ ਮਹੀਨੇ ਪਹਿਲਾਂ ਅਮੈਰੀਕਾ ਦੇ ਵਿੱਚ ਵੀ ਯੂਰਪ ਤੋਂ ਆ ਰਹੇ ਟਰੈਵਲਰਸ ਦਾ ਉਹਦੇ ਉੱਤੇ ਰੋਕ ਲੱਗੀ ਸੀ ਵੀ ਇਹ ਕੰਮ ਵੀ ਜਿਹੜਾ ਉਹ ਨਾ ਹੋ ਜਾਵੇ। ਸੋ ਇਹਦੇ ਚੱਲਦੇ ਇਹ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਹਰਜੋਤ ਸਿੰਘ ਜੀ, ਜਿਹੜਾ ਕੋਈ ਇੰਡੀਆ ਤੋਂ ਜਾਣ ਨੂੰ ਕਾਹਲੇ ਸੀਗੇ ਜੇ ਕਿਸੇ ਦੀ ਵਾਇਆ ਯੂਰਪ ਜਾਂ ਵਾਇਆ ਇੰਗਲੈਂਡ ਕਿਸੇ ਦੀ ਫਲਾਈਟ ਹੋਵੇਗੀ ਤਾਂ ਉਹਨਾਂ ਉੱਤੇ ਵੀ ਇਹ ਟਰੈਵਲ ਰੈਸਟ੍ਰਿਕਸ਼ਨ ਬਾਅਦ 'ਚ ਲੱਗ ਸਕਦੇ ਆ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਆਉਣਾ ਜਾਣਾ ਹੈਗਾ ਆ ਆਉਣ ਵਾਲੇ ਨਜ਼ਦੀਕੀ ਸਮੇਂ ਦੇ ਵਿੱਚ ਉਹ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣ। ਜੀ, ਸੋ ਬਿਲਕੁਲ 120 ਮੁਲਕ ਜਿਹੜੇ ਆ ਉਹਨਾਂ ਨੇ ਕਹਿਤਾ ਵੀ ਜੇ UK ਤੋਂ ਜਿੱਥੇ ਵੀ ਆਉਂਦੇ, 40 ਨੇ ਤਾਂ ਬੈਨ ਹੀ ਕਰ ਦਿੱਤੇ ਆ, ਤੇ 120 ਟੋਟਲ ਹੈਗੇ ਜਿਹੜੇ ਕਹਿੰਦੇ ਵੀ ਜੇ UK ਤੋਂ ਕੋਈ ਆਊਗਾ ਤਾਂ ਉਹਦਾ ਟੈਸਟ ਨੈਗੇਟਿਵ ਹੋਣਾ ਚਾਹੀਦਾ, ਕੋਵਿਡ ਦਾ ਟੈਸਟ ਉਹ ਦੇਖੂਗੇ। ਨਿਊਯਾਰਕ ਦੇ ਜਿਹੜੇ ਗਵਰਨਰ ਕੂਮੋ ਆ ਉਹ ਵੀ ਕਹਿੰਦੇ ਆ ਵੀ USA ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਆ, ਕਿਉਂਕਿ ਨਿਊਯਾਰਕ ਤੋਂ UK ਨੂੰ ਬ੍ਰਿਟਿਸ਼ ਏਅਰਵੇਜ਼, ਡੈਲਟਾ, ਵਰਜਨ ਅਟਲਾਂਟਿਕ ਇਹ ਸਾਰੀਆਂ ਏਅਰਲਾਈਨਜ਼ ਜਾਂਦੀਆਂ ਹੈਗੀਆਂ ਆ। ਜਿਹੜਾ ਨਿਊਯਾਰਕ ਦੀ ਜੇ ਗੱਲ ਕਰਦੀ ਜਾਈਏ ਤਾਂ COVID-19 ਦੇ ਜਿਹੜੇ ਵੈਕਸੀਨੇਸ਼ਨ ਆ ਉਹ ਸਭ ਤੋਂ ਪਹਿਲਾਂ ਨਰਸਿੰਗ ਹੋਮਸ ਦੇ ਵਿੱਚ ਲੱਗਣਗੇ। 600 ਤੋਂ ਵੱਧ ਜਿਹੜੇ ਨਰਸਿੰਗ ਹੋਮਸ ਆ ਉਹ ਜਿਹੜਾ ਹੈ ਫੈਡਰਲ ਪ੍ਰੋਗਰਾਮ ਜਿਹਦੇ ਵਿੱਚ ਕੀ ਆ ਵੀ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਨੂੰ ਰੱਖਿਆ ਗਿਆ ਕਿਉਂਕਿ ਉਹ ਜ਼ਿਆਦਾ ਵਲਨਰੇਬਲ ਹੈਗੇ ਆ, ਅਤੇ ਜਿਹੜੇ ਸੀਨੀਅਰ ਸੈਂਟਰਸ ਦੇ ਵਿੱਚ ਕੰਮ ਕਰਨ ਵਾਲੇ ਆ ਉਹਨਾਂ ਦੇ ਵੀ ਸਭ ਤੋਂ ਪਹਿਲਾਂ ਉਹਨਾਂ ਦੇ ਇਹ ਵੈਕਸੀਨ ਲਾਏ ਜਾਣਗੇ। CVS ਤੇ ਵਾਲਗ੍ਰੀਨ ਜਿਹੜੀਆਂ ਦੋ ਮੇਜਰ ਫਾਰਮੇਸੀਜ਼ ਹੈਗੀਆਂ ਇਹ ਇਹਦੇ ਵਿੱਚ ਹੈਲਪ ਕਰਨਗੀਆਂ, ਪਰ ਸਟਿਲ 600 ਨਰਸਿੰਗ ਹੋਮਸ ਦੇ ਵਿੱਚ ਕਿਉਂਕਿ ਗਿਣਤੀ ਵੱਡੀ ਆ ਇੰਪਲਾਈਜ਼ ਦੀ ਵੀ ਅਤੇ ਜਿਹੜੇ ਉੱਥੇ ਰਹਿੰਦੇ ਆ, ਅਤੇ ਕਹਿੰਦੇ ਵੀ 6 ਵੀਕ ਤੱਕ ਦਾ ਜਿਹੜਾ ਸਮਾਂ ਲੱਗ ਸਕਦਾ ਲੋਕਾਂ ਦੇ ਟੀਕੇ ਲਾਉਣ ਦਾ। ਸੋ ਪ੍ਰੋਡਕਸ਼ਨ ਤਾਂ ਬਹੁਤ ਜ਼ੋਰ ਸ਼ੋਰ ਦੇ ਨਾਲ ਹੋ ਰਹੀ ਆ, ਪਰ ਹੁਣ ਲੋਕਾਂ ਤੱਕ ਜਿਹੜਾ ਪਹੁੰਚਾਉਣਾ ਆ ਉਹਨੂੰ, ਉਹ ਜਿਹੜਾ ਟਾਈਮ ਆ ਅਤੇ ਲੋਕਾਂ ਦੇ ਟੀਕੇ ਲਾਉਣੇ ਉਹਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ। ਬਿਲਕੁਲ, ਜਿਹੜੇ ਰਾਈਟ ਨਾਓ ਲੋਜਿਸਟਿਕਸ ਜਾਂ ਆਂਕੜੇ ਦੱਸਦੇ ਨੇ ਵੀ ਆਮ ਲੋਕਾਂ ਤੱਕ ਮਾਰਚ ਤੋਂ ਬਾਅਦ ਜਾਂ ਅਪ੍ਰੈਲ ਦੇ ਵਿੱਚ ਜਾ ਕੇ ਹੀ ਇਹ ਜਿਹੜਾ ਟੀਕਾ ਹੈ ਵੈਕਸੀਨੇਸ਼ਨ ਉਹ ਮੁਹੱਈਆ ਹੋਊਗੀ ਅਤੇ ਕਿਹਾ ਜਾ ਰਿਹਾ ਅਗਸਤ ਜਾਂ ਸਪਤੰਬਰ ਤੱਕ ਜਾ ਕੇ ਪੂਰੇ ਅਮੈਰੀਕਾ ਦੇ ਵਿੱਚ ਲੋਕਾਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਲੱਗ ਸਕੇਗੀ। ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਸਕੱਤਰ ਐਲਕਸ ਅਜ਼ਾਰ ਅਤੇ ਵੈਲ ਨੋਨ ਡਾਕਟਰ ਡਾਕਟਰ ਫੌਚੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਉਹ ਵੀ ਪਬਲਿਕਲੀ ਕੱਲ੍ਹ ਨੂੰ ਵੈਕਸੀਨੇਸ਼ਨ ਜਿਹੜੀ ਉਹ ਲਵਾਉਣ ਜਾ ਰਹੇ ਆ। ਜੋ ਬਾਇਡਨ ਨੂੰ ਜਿੱਦਾਂ ਅੱਜ ਆਲਰੇਡੀ ਵੈਕਸੀਨੇਸ਼ਨ ਲੱਗ ਗਈ, ਉਹਨਾਂ ਦੀ ਵਾਈਫ ਨੂੰ ਵੀ ਲੱਗ ਗਈ ਆ ਅਤੇ ਕਹਿੰਦੇ ਜੀ ਵਾਈਸ ਪ੍ਰੈਜੀਡੈਂਟ ਇਲੈਕਟ ਕਮਲਾ ਹੈਰਿਸ ਅਤੇ ਉਹਨਾਂ ਦੇ ਜਿਹੜੇ ਘਰ ਵਾਲੇ ਨੂੰ ਉਹ ਕ੍ਰਿਸਮਸ ਵਿੱਚ ਜਿਹੜੀ ਵੈਕਸੀਨੇਸ਼ਨ ਜਿਹੜੀ ਉਹ ਲਗਾਈ ਜਾਵੇਗੀ। ਵੈਕਸੀਨੇਸ਼ਨ ਲੱਗਣ ਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਮਾਸਕ ਨਹੀਂ ਪਾਉਣੇ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਬੰਦ ਕਰ ਦੇਣੀਆਂ। ਜਿੰਨੀ ਦੇਰ ਤੱਕ ਪੂਰੇ ਲੋਕਾਂ ਨੂੰ ਜਿਹੜੀ ਵੈਕਸੀਨੇਸ਼ਨ ਨਹੀਂ ਲੱਗ ਜਾਂਦੀ ਉਨੀ ਦੇਰ ਤੱਕ ਆਪਾਂ ਨੂੰ ਫਿਰ ਵੀ ਇਤਿਆਤ ਧਿਆਨ ਜਿਹੜਾ ਆ ਉਹ ਪਹਿਲਾਂ ਵਾਂਗੂ ਹੀ ਰੱਖਣ ਦੀ ਜ਼ਰੂਰਤ ਆ ਅਤੇ ਨਾਲੇ ਵੈਕਸੀਨੇਸ਼ਨ ਦੇ ਜਿਹੜੇ ਦੋ ਹਿੱਸਿਆਂ 'ਚ ਆ ਜਿਹੜੀ ਫਾਈਜ਼ਰ ਵਾਲੀ ਆ ਉਹ 21 ਦਿਨਾਂ ਬਾਅਦ ਦੂਜੀ ਡੋਜ਼ ਲੱਗਣੀ ਆ ਅਤੇ ਜਿਹੜੀ ਮਡਰਨਾ ਵਾਲੀ ਆ ਉਹ 28 ਦਿਨਾਂ ਬਾਅਦ। ਸੋ ਉਹ ਜਿੰਨੀ ਦੇਰ ਤੱਕ ਦੋਨੋਂ ਡੋਜ਼ ਲੱਗ ਨਹੀਂ ਜਾਂਦੀਆਂ ਉਨੀ ਦੇਰ ਤੱਕ ਇਸ ਦੀ ਪ੍ਰਭਾਵਸ਼ਾਲਤਾ ਜਿਹੜੀ ਆ ਉਹ 94 ਤੋਂ 95% ਨਹੀਂ ਹੁੰਦੀ। ਸੋ ਜੇ ਆਪਾਂ 94-95% ਪ੍ਰਭਾਵਸ਼ਾਲਤਾ ਜਿਹੜੀ ਅਸੀਂ ਰੱਖਣੀ ਚਾਹੁੰਦੇ ਹਾਂ ਵੈਕਸੀਨੇਸ਼ਨ ਦੀ ਤਾਂ ਫਿਰ ਆਪਾਂ ਨੂੰ ਦੋਨੋਂ ਡੋਜ਼ ਜਿਹੜੀਆਂ ਆ ਉਹ ਲਵਾਉਣੀਆਂ ਪੈਣੀਆਂ ਆ ਅਤੇ ਜਿੰਨੀ ਦੇਰ ਤੱਕ ਸਾਰਿਆਂ ਨੂੰ ਨਾਲ ਆਪਣਿਆਂ ਨੂੰ ਨਹੀਂ ਲੱਗ ਜਾਂਦੀ ਉਨੀ ਦੇਰ ਤੱਕ ਆਪਾਂ ਨੂੰ ਧਿਆਨ ਪੂਰਾ ਰੱਖਣਾ ਚਾਹੀਦਾ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਹੀ ਇਮਿਊਨਿਟੀ ਆ ਉਹ ਬਣ ਸਕੇਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਜਾਰਜੀਆ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਦੋ ਸੈਨੇਟਰਸ ਦੀ ਲਈ January 4 ਨੂੰ, ਉਹ ਇੱਕ ਤਰ੍ਹਾਂ ਨਾਲ ਪੂਰਾ ਬੈਟਲ ਗਰਾਊਂਡ ਬਣਿਆ ਆ। ਇੱਕ ਚੀਜ਼ ਉੱਥੋਂ ਜਿਹੜੀ ਮਿਸਿੰਗ ਹੈਗੀ ਆ ਉਹ ਪੋਲਸਟਰਸ ਆ। ਪਿਛਲੀ ਵਾਰੀ ਜਦੋਂ ਇਲੈਕਸ਼ਨਾਂ ਹੋਈਆਂ ਸੀ ਸਾਰਿਆਂ ਨੂੰ ਪਤਾ ਵੀ ਬਹੁਤ ਸਾਰੇ ਪੋਲਸ ਜਿਹੜੀਆਂ ਕੰਪਨੀਆਂ ਸੀ ਪੋਲਸਟਰ ਸੀ ਉਹਨਾਂ ਦੇ ਜਿਹੜੀਆਂ ਜੋ ਉਹਨਾਂ ਨੇ ਲਾਈਆਂ ਸੀਗੀਆਂ
ਆਸ ਕਰਾਈਆਂ, ਉਹ ਬਿਲਕੁਲ ਉਹਦੇ ਉਲਟ ਰਿਜ਼ਲਟ ਆਏ। ਈਵਨ ਦੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹਾਰ ਗਏ, ਪਰ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਜਿੰਨਾ ਉਹ ਡਿਫਰੈਂਸ ਦੱਸ ਰਿਹਾ ਸੀ ਉਹ ਨਹੀਂ ਆਇਆ। ਸੋ ਉਹਨੂੰ ਦੇਖਦੇ ਹੋਏ ਜਾਰਜੀਆ ਦੇ ਵਿੱਚ ਕਹਿੰਦੇ ਵੀ ਕੋਈ ਵੀ ਜਿਹੜਾ ਪੋਲਸਟਰ ਆ ਉਹ ਲੱਭ ਨਹੀਂ ਰਿਹਾ ਹੈਗਾ। ਕੋਈ ਵੀ ਜਿਹੜੀ ਕੋਈ ਪੋਲਿੰਗ ਵਾਲੀ ਕੰਪਨੀ ਆ ਉਹ ਇਹ ਨਹੀਂ ਦੱਸ ਰਹੀ ਵੀ ਕਿਹੜਾ ਜਿਹੜਾ ਸੈਨੇਟਰ ਆ ਜਾਰਜੀਆ ਦੇ ਵਿੱਚ ਜਿੱਤੇਗਾ। ਜੀ, ਅਗਲੀ ਗੱਲ ਕਰਦੇ ਜਾਈਏ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਅੰਟੇਰੀਓ ਸੂਬੇ ਦੇ ਵਿੱਚ ਉਹਨਾਂ ਨੇ ਪ੍ਰੋਵਿੰਸ ਵਾਈਡ ਸ਼ਟ ਉਹ ਅਨਾਉਂਸ ਕਰ ਦਿੱਤਾ ਹੈਗਾ ਆ। ਉੱਥੋਂ ਦੇ ਜਿਹੜੇ ਪ੍ਰੀਮੀਅਰ ਡੱਗ ਫੋਰਡ ਆ ਉਹਨਾਂ ਨੇ ਇਹ ਰੈਸਟ੍ਰਿਕਸ਼ਨਸ ਕਹਿੰਦੇ ਆ ਦੱਸੀਆਂ ਆ 26 ਦਸੰਬਰ ਤੋਂ ਜਿਹੜੀਆਂ ਇਹ ਚਾਲੂ ਹੋਣਗੀਆਂ ਤੇ 14 ਦਿਨਾਂ ਤੱਕ ਰਹਿਣਗੀਆਂ। ਤੁਸੀਂ ਦੇਖੋ ਜੋ ਸਿੰਘ ਜੀ ਬੜੇ ਆਸਾਨੀ ਨਾਲ ਇਹਨਾਂ ਨੇ ਕ੍ਰਿਸਮਸ ਵਗੈਰਾ ਵੀ ਸਾਰੀ ਇਸ ਦੇ ਵਿੱਚ ਰੱਖ ਲਈ ਰੈਸਟ੍ਰਿਕਸ਼ਨ ਤੋਂ ਪਹਿਲਾਂ ਪਹਿਲਾਂ। ਉਦਾਂ ਦੇਖਿਆ ਜਾਵੇ ਤਾਂ ਬਾਕੀ ਧਰਮਾਂ ਦੇ ਜਿਹੜੇ ਸੀਗੇ ਤਿਉਹਾਰ ਜਾਂ ਇਦਾਂ ਦੇ ਦਿਨ ਉਹ ਕਾਫੀ ਜਿਹੜੇ ਰੈਸਟ੍ਰਿਕਸ਼ਨ ਦੇ ਜਿਹੜੇ ਆ ਉਹ ਹੱਥੇ ਜਿਹੜੇ ਉਹ ਚੜ੍ਹੇ, ਪਰ ਇਹ ਕਈ ਲੋਕਾਂ ਨੇ ਇਤਰਾਜ਼ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਜਤਾਇਆ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਕ੍ਰਿਸਮਸ ਨੂੰ ਕਈ ਜਿਹੜੇ ਥਾਵਾਂ ਦੇ ਉੱਤੇ ਛੋਟ ਜਿਹੜੀ ਆ ਉਹ ਮਿਲੀ ਹੋਈ ਆ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਨਾ ਮਨਾਓ, ਪਰ ਇਹ ਉਹਨਾਂ ਦਾ ਕਹਿੰਦੇ ਕਹਿਣਾ ਆ ਵੀ ਬਾਕੀਆਂ ਨੂੰ ਵੀ ਫਿਰ ਉਦਾਂ ਹੀ ਇਜਾਜ਼ਤ ਦੇਣੀ ਚਾਹੀਦੀ ਸੀ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਇੰਗਲੈਂਡ ਦੇ ਨਾਲ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਡਿਸਕਸ ਕੀਤੀ ਸੀ ਵੀ ਉਹਨੂੰ ਬਲੌਕ ਕੀਤਾ ਗਿਆ ਹੈਗਾ ਬਹੁਤ ਸਾਰੇ ਮੁਲਕਾਂ ਦੇ ਵੱਲੋਂ, ਆਪਣੇ ਗੁਆਂਢੀ ਮੁਲਕ ਨੇ ਵੀ ਕਰਤਾ। USA ਵਾਲੇ ਹਜੇ ਜਿਹੜੇ ਆਫੀਸ਼ੀਅਲਸ ਆ ਉਹ ਸੋਚ ਰਹੇ ਹੈਗੇ ਆ ਵੀ ਇੰਗਲੈਂਡ ਦੇ ਉੱਤੇ ਅਸੀਂ ਜਿਹੜਾ ਬੈਨ ਲਾਉਣਾ ਆ ਉੱਥੋਂ ਲੋਕਾਂ ਦੇ ਆਉਣ ਵਾਲਿਆਂ 'ਤੇ ਜਾਂ ਨਹੀਂ, ਕਿਉਂਕਿ ਇਹ ਜਿਹੜਾ ਪ੍ਰੈਸ਼ਰ ਆ ਕਾਫੀ ਪੈ ਰਿਹਾ, ਕਿਉਂਕਿ ਕੰਡੀਸ਼ਨ ਜਿਹੜੀ ਆ ਇੰਗਲੈਂਡ ਦੀ ਬਹੁਤ ਜ਼ਿਆਦਾ ਬੈਡ ਆ ਇਸ ਵੇਲੇ। ਕੋਰੋਨਾ ਵਾਇਰਸ ਨਾਲ ਪੀੜਤ ਲੋਕ ਉੱਥੇ ਬਹੁਤ ਜ਼ਿਆਦਾ ਹੈਗੇ ਆ। ਐਂਥਨੀ ਫੌਸ਼ੀ ਜਿਹੜੇ ਡਾਇਰੈਕਟਰ ਹੈਗੇ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਅਤੇ ਇਨਫੈਕਟੀਸ਼ੀਅਸ ਡਿਸੀਜ਼ ਦੇ, ਉਹਨਾਂ ਨੇ ਕਿਹਾ ਆ ਵੀ ਆਪਾਂ ਜ਼ਰੂਰਤ ਨਹੀਂ ਉਹਨਾਂ ਦੇ ਬੈਨ ਲਾਉਣ ਦੀ, ਪਰ ਸਟਿਲ ਖਤਰਾ ਤਾਂ ਜਿਹੜਾ ਹੈਗਾ ਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੀ ਵਾਰੀ ਜਦੋਂ ਨਿਊਯਾਰਕ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਕੇਸ ਕੋਰੋਨਾ ਵਾਇਰਸ ਪੋਜ਼ਿਟਿਵ ਹੋਏ ਸੀ ਉਹ ਕਹਿੰਦੇ ਪਈ ਚਾਈਨਾ ਤੋਂ ਆਉਣ ਵਾਲੇ ਲੋਕਾਂ ਨਾਲ ਨਹੀਂ ਹੋਏ ਸੀ, ਜਿੰਨੇ ਯੂਰਪ ਤੋਂ ਜਿਹੜੇ ਲੋਕ ਉੱਥੇ ਆਏ ਸੀ ਉਹਨਾਂ ਦੇ ਨਾਲ ਸਪਰੈਡ ਹੋਏ ਸੀ। ਜੀ ਜੀ ਬਿਲਕੁਲ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਵੱਲ ਨੂੰ ਆ, ਤੇ ਅੱਜ ਕਿਉਂਕਿ ਜਿਹੜੀ ਬ੍ਰਿਟੇਨ ਦੀ ਖਬਰ ਆ ਉਸਨੇ ਹਰ ਇੱਕ ਪਾਸੇ ਤੜਤਲੀ ਜਿਹੜੀ ਮਚਾ ਕੇ ਰੱਖੀ, ਜਿਸ ਕਰਕੇ ਸਟਾਕ ਮਾਰਕੀਟ ਦੇ ਉੱਤੇ ਵੀ ਜਿਹੜਾ ਇਸਦਾ ਅਸਰ ਪਿਆ। ਟਾਈਮ ਦੇ ਉੱਤੇ ਡਾਓ ਜੋਨਸ ਕਾਫੀ ਥੱਲੇ ਨੂੰ ਜਿਹੜਾ ਉਹ ਲੁੜਕਿਆ ਸੀਗਾ, ਪਰ ਜਿਹੜੇ ਦਿਨ ਦੇ ਅਖੀਰ ਤੱਕ ਤਕਰੀਬਨ ਜਿਹੜਾ ਉਹ ਸੰਭਲਿਆ ਤੇ 37 ਪੁਆਇੰਟ ਵੱਧ ਕੇ 30,216 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਟੈਕ ਦੇ ਵਿੱਚ 13 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 12,742 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਡਿੱਗੇ, 3,694.95 ਦੇ ਉੱਤੇ ਇਹ ਕਲੋਜ਼ ਹੋਇਆ, ਤੇ ਸੋਨੇ ਦੀ ਕੀਮਤ $1,888 ਪ੍ਰਤੀ ਆਉਂਸ ਰਹੀ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ 95 ਪੈਸੇ ਦੇ ਬਰਾਬਰ ਰਹੀ ਹੈ, ਅਤੇ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.29 ਦੇ ਬਰਾਬਰ ਰਹੀ ਹੈ। ਜੀ, ਤੇ ਹੁਣ ਇੱਥੇ ਆਪਾਂ ਅੱਜ ਦੇ ਪ੍ਰੋਗਰਾਮ ਉਸ ਨੂੰ ਸਮਾਪਤ ਕਰਦੇ ਹਾਂ। ਮੇਰੇ ਰਾਜਕਿੰਦਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਯੂਨੀਵਰਸਿਟੀ ਹੱਸਦੇ ਖੇਡਦੇ ਜੋ ਸੁਣਦੇ ਰਹੋ ਜੀ, ਪੰਜਾਬੀ ਰੇਡੀਓ US USA।